ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਲਰ ਸਟੱਡੀ ਬਾਰ ਪ੍ਰਤੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤਾਂ 250 ਦੇ ਟੀਚਰ ਦੀ ਭਰਤੀ ਆਊਟ ਕਰ ਦਿੱਤੀ ਗਈ ਪੰਪਰ ਭਰਤੀ ਆਊਟ ਕਰ ਦਿੱਤੀ ਗਈ ਤਾਂ ਜਲਦੀ ਕਰੋ ਅਪਲਾਈ ਇੰਗਲਿਸ਼ ਹੋ ਗਿਆ ਹਿਸਟਰੀ ਹੋ ਗਿਆ ਸ੍ਰੀ ਸਿੱਖਿਆ ਹੋ ਗਿਆ ਜੀਓਲੋਜੀ ਹੋ ਗਿਆ ਠੀਕ ਹੈ ਜਿਹੜੇ ਪੋਸਟ ਆਊਟ ਕੀਤੇ ਅਗੇ ਨੇ ਤੇ ਨਾਲ ਤੁਸੀਂ ਨੌਕਰੀਆਂ ਦੀ ਜਾਣਕਾਰੀ ਲਈ ਪਲ-ਪਲ ਅਪਡੇਟ ਲਈ ਮੇਰੇ ਇਸ ਨੰਬਰ ਤੇ 7589712809 ਤੇ SMS ਕਰ ਸਕਦੇ ਹੋ ਤੁਹਾਨੂੰ ਜੋ ਮੈਂ ਗਰੁੱਪ ਵਿੱਚ ਐਡ ਕਰ ਲਾਂਗਾ ਤੁਸੀਂ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਮੈਨੂੰ ਸੈਂਡ ਕਰ ਸਕਦੇ ਹੋ ਇਸ ਨੰਬਰ ਤੇ ਤਾਂ ਮੈਂ ਤੁਹਾਨੂੰ ਜੋ ਆਪਣਾ ਹੈਗਾ ਗਰੁੱਪ ਠੀਕ ਉਸ ਵਿੱਚ ਐਡ ਕਰ ਲਾਂਗਾ ਜੋ ਵੀ ਅਪਡੇਟ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜੇਗੀ ਤਾਂ ਜਰੂਰ ਜੁਆਇਨ ਕਰੋ ਕਰ ਲੈਣਾ ਗਰੁੱਪ ਪਰ ਠੀਕ ਜ਼ਰੂਰ ਜੁਆਇਨ ਕਰ ਲੈਣਾ ਠੀਕ ਗਰੁੱਪ ਦਾ ਵੀ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਇੱਥੇ ਤੁਸੀਂ ਡਾਇਰੈਕਟ ਜੁਆਇਨ ਕਰ ਸਕਦੇ ਹੋ ਜਾਂ ਤੁਸੀਂ ਮੈਸੇਜ ਕਰ ਸਕਦੇ ਹੋ ਇਸ ਨੰਬਰ ਤੇ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਾਂਗਾ ਤਾਂ ਹੁਣ ਅਪ ਗੱਲ ਕਰਦੇ ਹਾਂ ਪੰਜਾਬ ਜੋ ਟੀਚਰ ਦੀ ਭਰਤੀ ਆਊਟ ਕੀਤੀ ਗਈ ਤੇ ਬਹੁਤ ਬਾਰੇ ਤੁਹਾਡੇ ਕੋਲ ਮੌਕਾ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਹੋ ਬਾਕੀ ਕੀ ਸਾਰੀ ਜਾਣਕਾਰੀ ਕੀ ਕੁਆਲਿਫੀਕੇਸ਼ਨ ਹੈ ਸਾਰੀ ਜਾਣਕਾਰੀ ਇਸ ਵੀਡੀਓ ਤੇ ਦਵਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸ 22 ਤੇ 23 ਵਰਸੇ ਆਊਟ ਕੀਤੀ ਗਈ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਕੋਰਸਾਂ ਨੂੰ ਪੜਾਉਣ ਲਈ ਗੈਸਟ ਫੈਕਲਟੀ ਲੈਕਚਰ بیسਡ ਪੀਟੀ ਫੈਕਲਟੀ ਨਿਮਨ ਲਿਖਤ ਵਿਸ਼ੇ ਦੇ ਅਧਿਆਪਕਾਂ ਲਈ ਮਿਤੀ 29 9 2022 ਨੂੰ 29/9/2022 ਨੂੰ ਠੀਕ ਹੈ 29 ਸਤੰਬਰ 2022 ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਕਾਲਜ ਬੇਨੜਾ ਤੁਰਿ ਵਿਖੇ ਇੰਟਰਵਿਊ ਰੱਖੀ ਗਈ ਹੈ ਚਾਹਵਨ ਉਮੀਦਵਾਰ ਆਪਣਾ ਬਾਇਓ ਡਾਟਾ ਤੇ ਅਸਲ ਦਸਤਾਵੇਜ਼ ਲੈ ਕੇ ਆਉਣ ਤੇ ਜਿੰਨਾ ਵਿਸ਼ਿਆਂ ਦੇ ਅਧਿਆਪਕ ਰੱਖੇ ਜਾਣੇ ਹਨ ਉਹਨਾਂ ਦਾ ਵਿਸ਼ਿਆਂ ਦਾ ਵੇਰਵਾ ਠੀਕ ਹੈ ਇੰਗਲਿਸ਼ ਤੇ 4 ਹੋ ਗਈ ਹਿਸਟਰੀ ਦੀ 1 ਹੋ ਗਈ ਸਰੀਰ ਸਿੱਖਿਆ ਦੀ 1 ਹੋ ਗਈ ਪੋਸਟ ਜੂਆਲੋਜੀ ਦੀ 1 ਹੋ ਗਈ ਪੋਸਟ ਠੀਕ ਹੈ ਜੋ ਚਾਰ ਵਿੱਚ ਆਊਟ ਕੀਤੀ ਗਈਆਂ ਪੋਸਟਾਂ ਇੰਗਲਿਸ਼ ਹਿਸਟਰੀ ਸਰੀਰ ਸਿੱਖਿਆ ਜੂਆਲੋਜੀ ਠੀਕ ਹੈ ਸ ਵਿੱਚ ਪੋਸਟ ਆਊਟ ਕੀਤੀਆਂ ਗਈਆਂ ਨੇ ਉਪਰੋਕ ਤੇ ਜੋ ਭਰਤੀ ਆਊਟ ਕੀਤੀ ਕੀ ਡਾਇਰੈਕਟ ਤੁਹਾਡੀ ਇੰਟਰਵਿਊ ਰੱਖੇਗੀ ਜੋ ਵੀ ਐਲੀਜੀਬਲ ਕੈਂਡੀਡੇਟ ਠੀਕ ਹੈ ਜਾਣਨਾ ਚਾਹੁੰਦੇ ਇੰਟਰਵਿਊ ਵਾਸਤੇ ਜਾ ਸਕਦੇ ਤਾਂ ਬਹੁਤ ਹੀ ਵੱਡੀ ਤੁਹਾਡੇ ਵਾਸਤੇ ਭਰਤੀ ਆਊਟ ਕਰ ਦਿੱਤੀ ਗਈ ਟੀਚਰ ਦੀ ਠੀਕ ਹੈ ਜੋ ਵੀ ਕਲੀਜੀਬਲ ਕੈਂਡੀਡੇਟ ਹੈ ਜੇ ਅਪਲਾਈ ਕਰਨਾ ਚਾਹੁੰਦੇ ਅਪਲਾਈ ਕਰ ਸਕਦੇ ਤੇ ਇੰਟਰਵਿਊ ਵਾਸਤੇ ਜਾ ਸਕਦੇ ਹੋ ਤਾਂ ਇਹ ਜਾਣਕਾਰੀ ਸੇ ਅਪਡੇਟ ਸੀ ਤੁਹਾਡੇ ਨੂੰ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸੀ ਜੇਕਰ ਤੁਹਾਡੇ ਮਨ ਚ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ